ਸਤਿ ਸ਼੍ਰੀ ਅਕਾਲ ਜੀ। ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਪਿੰਡ ਤਰੌੜਾ ਖੁਰਦ ਦੇ ਸਾਬਕਾ ਸਰਪੰਚ ਵੱਲੋਂ ਆਪਣੇ ਸਰਕਾਰੀ ਡੀਪੂ ਦੇ ਉੱਪਰ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ। ਤੁਸੀਂ ਦੇਖ ਸਕਦੇ ਹੋ 15 ਸਾਲਾਂ ਤੋਂ ਆਪਣੇ ਡੀਪੂ ਦੀ ਸੇਵਾ ਨਿਭਾ ਰਹੇ ਨੇ ਅਤੇ ਲੋਕਾਂ ਦਾ ਵੀ ਬਹੁਤ ਹੀ ਵੱਧ ਚੜ੍ਹ ਕੇ ਇਹਨਾਂ ਨੂੰ ਸਾਥ ਮਿਲਿਆ। ਪਿੰਡ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੋ ਵੀ ਪਿੰਡ ਦੀ ਤਰੱਕੀ ਹੋਈ ਇਹਨਾਂ ਦਾ ਹੈ, ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਆਪਣੇ ਸਰਕਾਰੀ ਡੀਪੂ ਦੇ ਉੱਪਰ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਆ। ਇਹਨਾਂ ਨੇ ਪਿੰਡ ਦੇ ਲੋਕਾਂ ਨੇ ਵੱਧ ਚੜ੍ਹ ਕੇ ਸਾਥ ਦਿੱਤਾ ਅਤੇ ਇੱਥੇ ਜਨਗਣ ਦੀ ਮਨ ਦੀ ਪਰੇਡ ਵੀ ਕੀਤੀ ਗਈ। ਵੱਧ ਚੜ੍ਹ ਕੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਨਾਅਰੇ ਲਾਏ ਗਏ ਅਤੇ ਲੋਕਾਂ ਨੂੰ ਗਾਈਡ ਵੀ ਇਹਨਾਂ ਵੱਲੋਂ ਕੀਤਾ ਗਿਆ ਹੈ। ਗੱਲ ਇੱਕ ਪਿੰਡ ਦੀ ਨਹੀਂ ਹੈ, ਇਹ ਪਿਛਲੇ 15 ਸਾਲਾਂ ਤੋਂ 10 ਪਿੰਡਾਂ ਦੀ ਸੇਵਾ ਨਿਭਾ ਰਹੇ ਨੇ ਅਤੇ ਡੀਪੂ ਦੇ ਮੇਨ ਇੰਚਾਰਜ ਦਾ ਅਹੁਦਾ ਇਹਨਾਂ ਨੂੰ ਮਿਲੇਗਾ। ਸਰਕਾਰ ਵੱਲੋਂ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਕਿ ਹਰ ਸਾਲ 26 ਜਨਵਰੀ 15 ਅਗਸਤ ਦੇ ਉੱਤੇ ਝੰਡੇ ਦੀ ਰਸਮ ਨਿਭਾਈ ਜਾਵੇ ਅਤੇ ਇਹਨਾਂ ਵੱਲੋਂ ਬੜੇ ਹੀ ਪਿਆਰ ਅਤੇ ਸਦਕਾ ਆਪਣੇ ਪਿੰਡ ਦੇ ਨਾਲ ਮੈਂਬਰਾਂ ਦੇ ਨਾਲ ਮਿਲ ਕੇ ਝੰਡੇ ਦੀ ਰਸਮ ਨਿਭਾਈ ਜਾਂਦੀ ਹੈ, ਵੱਧ ਚੜ੍ਹ ਕੇ ਇਹਨਾਂ ਨੂੰ ਸਾਥ ਮਿਲਦਾ। ਅਤੇ ਪਿਛਲੇ 15 ਸਾਲਾਂ ਤੋਂ ਡੀਪੂ ਦੀ ਸੇਵਾ ਨਿਭਾ ਰਹੇ ਨੇ ਅਤੇ ਸੇਵਾ ਨਿਭਾਉਣ ਵਿੱਚ ਕੋਈ ਪਿੰਡ ਦੇ ਵੱਲੋਂ ਕੋਈ ਸ਼ਿਕਾਇਤ ਦਾ ਮੌਕਾ ਇਹਨਾਂ ਨੂੰ ਨਹੀਂ ਮਿਲਿਆ, ਜਿਸ ਕਾਰਨ ਇਹਨਾਂ ਦੀ ਤਰੱਕੀ ਦੇ ਰਾਹ ਖੁੱਲ੍ਹਦੇ ਜਾ ਰਹੇ ਨੇ ਅਤੇ ਸਰਕਾਰ ਨਾਲ ਜ਼ਿਆਦਾ ਲਿੰਕ ਹੋਣ ਕਰਕੇ ਪਿੰਡ ਦੀ ਤਰੱਕੀ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਅਤੇ ਅੱਜ ਇਹਨਾਂ ਨੇ ਆਪਣੇ ਝੰਡੇ ਦੀ ਰਸਮ ਨੂੰ ਲੈ ਕੇ ਪਿੰਡ ਵਾਸੀਆਂ ਤੋਂ ਖਾਣ ਪੀਣ ਦਾ ਪ੍ਰਬੰਧ ਵੀ ਪੂਰਾ ਕੀਤਾ ਹੋਇਆ। ਅੱਜ ਤੁਹਾਨੂੰ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਜੋ ਵੀ ਪਿੰਡ ਦੇ ਲੋਕਾਂ ਲਈ ਕੀਤਾ ਗਿਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਪਿੰਡ ਦੇ ਲੋਕਾਂ ਨੂੰ ਲੈ ਕੇ ਇਹਨਾਂ ਨੇ 15 ਅਗਸਤ ਦੇ ਮੌਕੇ ਤੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ, ਸੇਧ ਵੀ ਦਿੱਤੀ ਕਿ 15 ਅਗਸਤ ਕਿਉਂ ਮਨਾਇਆ ਜਾਂਦਾ, 26 ਜਨਵਰੀ ਕਿਉਂ ਮਨਾਇਆ ਜਾਂਦਾ, ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ। ਅੰਗਰੇਜ਼ਾਂ ਦਾ ਗੁਲਾਮ ਸੀ, ਅੰਗਰੇਜ਼ ਇੱਥੇ ਰਾਜ ਕਰਦੇ ਸਨ ਪੰਜਾਬ ਤੇ, ਤਾਂ ਕੁੱਲ ਉਹਨਾਂ ਨੇ 100 ਸਾਲ ਰਾਜ ਕੀਤਾ, ਪਰ ਸਾਰੇ ਇੰਡੀਆ ਤੇ ਉਹਨਾਂ ਨੇ 200 ਸਾਲ ਰਾਜ ਕੀਤਾ। ਇਸ ਆਜ਼ਾਦੀ ਨੂੰ ਲੈਣ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ, ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਜਾਣਾ ਪਿਆ, ਬਹੁਤ ਸਾਰੇ ਲੋਕਾਂ ਨੂੰ ਕਾਲੇ ਪਾਣੀਆਂ ਦੀ ਜੇਲ੍ਹ ਹੋਈ, ਅਨੇਕਾਂ ਸ਼ਹੀਦੀਆਂ ਹੋਈਆਂ। ਇਹ ਸ਼ਹੀਦੀਆਂ ਵਿੱਚ ਸਭ ਤੋਂ ਜ਼ਿਆਦਾ ਨੰਬਰ ਪੰਜਾਬ ਦਾ ਹੈ, ਪੰਜਾਬੀਆਂ ਨੇ ਇਸ ਆਜ਼ਾਦੀ ਦੇ ਅੰਦੋਲਨ ਵਿੱਚ 93% ਕੁਰਬਾਨੀਆਂ ਦਿੱਤੀਆਂ। ਜਿਹੜੇ ਕਾਲੇ ਪਾਣੀਆਂ ਦੀ ਸਜ਼ਾ ਹੋਈ ਹੈ ਉਹ ਵੀ ਪੰਜਾਬੀਆਂ ਨੂੰ, ਜਿਹਦੇ ਵਿੱਚ 100 ਵਿੱਚੋਂ 93 ਪੰਜਾਬੀ ਹੁੰਦੇ ਸੀ। ਸੋ ਪੰਜਾਬ ਦਾ ਇਸ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੋ ਆਪਾਂ ਸਾਰੇ ਆਪ ਮਿਲ ਕੇ ਇਸ ਦਿਨ ਨੂੰ ਬਹੁਤ ਖੁਸ਼ੀਆਂ ਨਾਲ ਮਨਾਈਏ। ਭਾਵੇਂ ਕਿ ਪੰਜਾਬ ਲਈ ਇਹ ਦੁਖਾਂਤ ਸੀ ਕਿ ਪੰਜਾਬ ਦੇ 2 ਟੁਕੜੇ ਹੋ ਗਏ, ਪਰ ਫਿਰ ਵੀ ਅੰਗਰੇਜ਼ਾਂ ਤੋਂ ਆਪਾਂ ਨੂੰ ਆਜ਼ਾਦੀ ਦਾ ਮਾਣ ਮਿਲਿਆ, ਇਹਦਾ ਨਿੱਕ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੁਣ ਪਿੰਡ ਦੇ ਸਰਪੰਚ ਸਾਹਿਬ ਜੀ 2 ਸ਼ਬਦ ਬੋਲਣਗੇ ਅਤੇ ਲੋਕਾਂ ਨੂੰ ਸੇਧ ਦੇਣਗੇ। ਜਿਹੜੇ ਮੁਖੀ ਨੇ ਉਹਨਾਂ ਨੂੰ ਬੇਨਤੀ ਸੀ ਵੀ ਜੋ ਸਾਡਾ ਰਾਸ਼ਟਰੀ ਦਿਹਾੜਾ ਹੈ, 15 ਅਗਸਤ ਦਾ ਸੁਤੰਤਰਤਾ ਦਿਵਸ ਹੈ, ਵੀ ਇਹਨੂੰ ਬੜੀ ਧੂਮਧਾਮ ਨਾਲ ਆਪਣੇ ਆਪਣੇ ਘਰ ਘਰ ਤਿਰੰਗਾ, ਅਤੇ ਜਿਹੜੀਆਂ ਸਰਕਾਰੀ ਸੰਸਥਾਵਾਂ ਦੇ ਮੁਖੀ ਨੇ ਉਹ ਆਪਣੇ ਘਰ ਉੱਪਰ ਵੀ ਝੰਡਾ ਤਰਾਉਣ ਅਤੇ ਸਰਕਾਰੀ ਤੌਰ 'ਤੇ 15 ਅਗਸਤ ਦਾ ਝੰਡਾ ਜਿਹੜਾ ਲਹਿਰਾਉਣ। ਹੁਣ ਮੇਰੇ ਕੋਲ ਆਸਣ ਡੀਪੂ ਦਾ ਲਾਇਸੈਂਸ ਹੈ ਜੀ, ਪਿੰਡ ਦੇ ਆਲੇ ਦੁਆਲੇ ਦੇ ਪਿੰਡ ਮੇਰੇ ਨਾਲ ਅਟੈਚ ਕੀਤੇ ਹੋਏ ਨੇ। ਸਰਕਾਰ ਵੱਲੋਂ ਹਦਾਇਤ ਸੀਗੀ 15 ਅਗਸਤ ਦਾ ਦਿਹਾੜਾ ਬੜੀ ਧੂਮਧਾਮ ਮਨਾਇਆ ਜਾਵੇ। ਮੈਂ ਆਪਣੇ ਰਾਸ਼ਨ ਡੀਪੂ ਉੱਤੇ ਝੰਡੇ ਦੀ ਝੰਡਾ ਲਹਿਰਾਉਣ ਦੀ ਰਸਮ ਆ, ਜਿਹੜੇ ਸਾਡੇ ਪਿੰਡ ਦੇ ਹੀ ਨੇ, NRI ਨੇ, ਸਰਦਾਰ ਜਰਨੈਲ ਸਿੰਘ ਨਿਰਮਾਣ ਜੋ ਕੈਨੇਡਾ ਵਾਸੀ ਵੀ ਨੇ, PRB ਨੇ, ਇਹਨਾਂ ਦੇ ਹੱਥੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਾਈ ਹੈ ਜੀ। ਇਸ ਪਵਿੱਤਰ ਦਿਵਸ ਉੱਤੇ ਮਹੱਤਤਾ ਦਾ ਸਾਰੇ ਭੈਣ ਭਾਈ ਜਿਹੜੇ ਆਏ ਸੀਗੇ ਉਹਨਾਂ ਨੂੰ ਪਤਾ ਲੱਗਿਆ ਜੀ, ਅਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ 15 ਅਗਸਤ ਦੀ ਬਹੁਤ ਬਹੁਤ ਵਧਾਈ ਦਿੰਦਾ। ਮੈਂ ਇਸ ਗੱਲ ਦੀ ਵੀ ਬੇਨਤੀ ਕਰਦਾ ਜੋ ਸਾਡਾ ਆਜ਼ਾਦੀ ਦੇ ਰਾਜ ਜੋ ਸਾਡੀ ਆਜ਼ਾਦੀ ਸਾਨੂੰ ਸਾਡੇ ਸ਼ਹੀਦ ਦੇਸ਼ ਭਗਤਾਂ ਨੇ ਲੈ ਕੇ ਦਿੱਤੀ ਸੀ, ਇਸ ਨੂੰ ਸਾਂਭਣ ਦੀ ਲੋੜ ਹੈ।
ਵੀ ਨਸ਼ੇ ਬੁਰੇ ਕੰਮਾਂ ਸਮਾਜਿਕ ਬੁਰਾਈਆਂ ਤੋਂ ਸਾਨੂੰ ਹਮੇਸ਼ਾ ਦੂਰ ਰਹਿਣਾ ਚਾਹੀਦਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਸਾਨੂੰ ਕੰਮ ਕਰਨੇ ਚਾਹੀਦੇ ਨੇ। ਬਹੁਤ ਧੰਨਵਾਦ ਜੀ।